ਸੋ ਇੱਥੋਂ ਸ਼ੁਰੂ ਕਰਦੇ ਹਾਂ ਆਪਾਂ ਗੁਰਜੀਤ ਤੂਤ ਦੇ ਪਿੰਡ ਜਾਣ ਦਾ ਸਫ਼ਰ ਅਤੇ ਅੱਜ ਉਹਦੇ ਪਿੰਡ ਜਾ ਕੇ ਬਾਈ ਦੇ ਇਹ ਪੁੱਛਣਾ ਕਿ ਲੋਕਾਂ ਦੇ ਵਿੱਚ ਉਹਦੀ ਕੀ ਇਮੇਜ ਆ ਹੁਣ ਅਤੇ ਉਹਦੀ ਕੀ ਰਿਪੋਰਟ ਲੈਂਦੇ ਹਾਂ ਅਤੇ ਦੇਖਦੇ ਹਾਂ। ਰੁਕਣਾ ਬੇਗੋਵਾਲ ਇੰਡੀਆ ਦਾ ਸਭ ਤੋਂ ਚੰਗਾ ਪਿੰਡ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਹਨੂੰ ਘੋਸ਼ਿਤ ਕੀਤਾ ਸੀ ਸਾਰੀ ਇੰਡੀਆ ਦੇ ਵਿੱਚ, ਕਿਉਂਕਿ ਇਸ ਪਿੰਡ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਜਦੋਂ ਦਾ ਪਿੰਡ ਬਣਿਆ ਸੀ ਉਦੋਂ ਤੱਕ ਕੋਈ ਕਚਹਿਰੀ ਦੇ ਵਿੱਚ ਕੋਰਟ ਦੇ ਵਿੱਚ ਕੋਈ ਕੇਸ ਨਹੀਂ ਸੀ ਗਿਆ, ਸਗੋਂ ਸਾਰੀਆਂ ਹੀ ਪੰਚਾਇਤਾਂ ਆਪਦੇ ਮਸਲੇ ਪਿੰਡ ਵਿੱਚ ਹੀ ਨਿਬੇੜ ਲੈਂਦੇ ਸੀ। ਤੂਤ ਜਾਏਗਾ ਬਾਈ, ਤੂਤ 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 ਲੈ ਜਾ ਯਾਰਾ। ਹੋਰ ਕੀ ਬਣੀ ਜਾਂਦਾ ਹੈ ਹੈਂ, ਕਿੰਨੇ ਕੁ ਬਣ ਜਾਂਦੇ ਆ? ਕਈ ਹਜ਼ਾਰ ਵੀ ਬਣ ਜਾਂਦਾ, ਕਈ ਵੀ 500 ਵੀ ਬਣ ਜਾਂਦਾ, ਅੱਛਾ ਬਣ ਜਾਂਦਾ, ਇੱਕ ਹਜ਼ਾਰ ਵੀ ਜਾਂਦਾ। ਹਾਂ ਤੈਅ ਭਾਅ ਦਾ ਸੁਧਰ ਜੂਗਾ, ਸੁਧਰ ਜੇ ਫਾਇਦਾ ਹੈਗਾ। ਹਾਂ ਤੁਹਾਡੇ ਪਿੰਡ ਦਾ ਨਾਂ ਕਰਤਾ ਉਹਨੇ ਯਾਰ? ਸਾਡੇ ਉਹਦੇ ਚਾਚੇ ਨੇ ਜ਼ੋਰ ਬਹੁਤ ਲਾਇਆ। ਅੱਛਾ ਬੱਜੀ ਦੇ ਚਾਚੇ ਨੇ ਇੰਨਾ ਜ਼ੋਰ ਲਾਇਆ ਹੈਗਾ ਜੀ, ਆਪਣੇ ਉਹਦੇ ਨਾਲ ਬਹੁਤ ਲਿਹਾਜ ਆ ਉਹਦੇ ਚਾਚੇ ਨਾਲ, ਇਹਨਾਂ ਨਾਲ ਵੀ ਰਹੀ ਆ। ਹਾਂ ਹਾਂ ਨਹੀਂ ਹੁਣ ਕਿਵੇਂ ਇਹ ਹੁਣ ਮੈਨੂੰ ਤਾਂ ਮਿਲਿਆ ਹੀ ਨਹੀਂ, ਮੈਂ ਕਹਿੰਦੇ ਅੱਜ ਉਹਦਾ ਤੁਸੀਂ ਆਉਣਾ ਪੰਨੀ ਵਾਲੀ ਲਾਇਆ ਸੀ ਕੈਂਪ ਕੋਲ ਹੈ ਨਾ, ਉਦੋਂ ਬਾਅਦ ਨਹੀਂ ਆਪਾਂ ਨੂੰ ਮਿਲਿਆ, ਪਹਿਲਾਂ ਤਾਂ ਮਿਲਦੇ ਮੁਲਦੇ ਰਹੀਦਾ ਸੀਗਾ, ਕਿਉਂਕਿ ਇੱਥੇ ਬੈਠਾ ਰਹਿੰਦਾ ਸੀ ਅੱਡੇ 'ਤੇ ਆ ਕੇ ਬਾਹਰ, ਹੁਣ ਪਤਾ ਨਹੀਂ ਗਾ। ਚੰਗਾ ਆ ਜੇ ਚੰਗੇ ਕੰਮ ਕਰੂਗਾ ਤਾਂ ਚੰਗੇ ਨਤੀਜੇ ਆ, ਇਹ ਨਾਲੇ ਹੋਰ ਜਿਹੜੇ ਮੁੰਡਿਆਂ ਨੂੰ ਢਾਊਗਾ ਉਹ ਵੀ ਵਧੀਆ, ਪਹਿਲਾਂ ਇੱਥੇ ਹੀ ਖੜਾਉਂਦਾ ਰਿਹਾ ਜੀ ਆਪਣੇ ਪਿੰਡ। ਹਾਂ ਕਿੰਨੇ ਮੁੰਡੇ ਹੁੰਦੇ ਸੀਗੇ ਇਸੇ ਨੇ ਸਾਰੇ ਮੁੰਡੇ ਲਾਏ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹੋਰ ਨਜ਼ਾਰੇ ਆਈ ਜਾਂਦੇ ਆ, ਮੈਂ ਕਿਹਾ ਚੰਡੀਗੜ੍ਹ ਬਾਈ ਬਸ ਤੁਹਾਨੂੰ ਖੁਸ਼ਖਬਰੀ ਦੇ ਦੇਣੀ ਹੈ। ਕਹਿੰਦਾ ਬਾਬਾ ਠੀਕ ਆ, ਬੰਦਾ ਚੜ੍ਹਤਾ ਪੂਰੀ ਪੱਲੇ ਪੱਲੇ ਰੰਗ ਮੇਰਾ ਕਢਾ ਦੇਣਾ ਪਹਿਲੀਆਂ ਕਢਾ ਗਿਆ ਬਸ ਹੋ ਗਿਆ ਕੰਮ ਇਹਨਾਂ ਦਾ, ਹੋ ਗਿਆ ਕੰਮ ਹੁਣ ਹੁਣ ਤਾਂ ਹੋ ਗਿਆ ਕੰਮ
ਵਧੀਆ ਗੱਲ ਆ, ਵਧੀਆ ਗੱਲ ਆ। ਹੁਣ ਅਸੀਂ ਚੱਲੇ ਹਾਂ ਇੱਥੇ ਸਕੂਲੇ, ਹੋਰ ਹੋਰ ਪਤਾ ਲੱਗੇ। ਹੈਲੋ ਬਾਦਸ਼ਾਹ, ਹੈਲੋ ਕਿੱਥੇ ਆ? ਸਤਿ ਸ਼੍ਰੀ ਅਕਾਲ ਮਾਤਾ, ਕਦੋਂ ਆਉਣਾ? ਹੁਣ ਬੱਲੇ ਬੱਲੇ ਆ ਨਾ, ਬੱਲੇ ਬੱਲੇ ਆ। ਹਾਂ ਹਾਂ ਰੱਬ ਨੇ ਸੁਣ ਲਈ, ਭਰਾਵਾਂ ਨੇ ਸੁਣ ਲਈ, ਬੰਦਿਆਂ ਨੇ ਸੁਣ ਲਈ, ਰੱਬ ਨੇ ਸਭ ਨੇ। ਓਕੇ, ਖੁਸ਼ ਬੜੇ ਸੋਹਣੇ ਹਾਲ। ਵਨ ਈਵਨਿੰਗ ਵਿਦ ਗੁਰਜੀਤ ਦੁੱਧ ਭਾਈ, ਕਦੇ ਸਕਾਰਪੀਓ 'ਚ, ਹੁਣ ਮੋਟਰਸਾਈਕਲਾਂ 'ਤੇ। ਚੱਲ ਗਿਆ 23 ਤਰੀਕ ਨੂੰ, 23 ਨੂੰ ਮਾਨਸਾ ਕੋਲ 1,11,000 ਚੱਲ ਵੜਾਂਗੇ, ਚੱਲਾਂਗੇ। ਕਹਿ ਕਹਿੰਦੇ ਕਿ ਹਾਂ ਬਸ ਦਿਨ ਕਿਤੇ ਬਹਿ ਗਏ, ਰੱਬ ਤੇਰਾ ਭੁਲਾ ਕਰੇ। ਹਾਂ 18-15 ਦਿਨ ਜਾਈ ਅਤੇ ਮੁੜ ਕੇ ਹੈਗਾ ਉੱਥੇ ਸਰਾਵੀ ਫੋੜ, ਅਤੇ ਮੁੜ ਕੇ ਹੈਗਾ ਇੱਥੇ ਆਪਣੇ ਕੱਤੀ ਪੰਡਾਲ ਦੇ ਪਿੰਡ, ਅਤੇ 7-8 ਦਿਨ ਫੋੜ ਪੂਰਾ। ਇਹ ਟੀਕੇ ਲਾਉਂਦਾ ਨੇ, ਵੱਲ ਵੁੱਲ ਆ ਗਿਆ ਕਿ ਨਹੀਂ ਅਜੇ ਆਇਆ? ਹੋਰ ਸਰ ਕਿਵੇਂ ਆ? ਕਿੱਥੇ ਚੱਲੇ? ਕੀ ਹਾਲ ਜੀ? ਸੁਣਿਆ ਹੋਰ ਅੱਜ ਮਿਲਿਆ? ਅੱਛਾ, ਮਿਲ ਕੇ ਖੁਸ਼ੀ? ਪਹਿਲਾਂ ਤੇਰੇ ਉਵੇਂ ਆਏ ਹੱਸਦਾ ਰਹਿੰਦਾ ਕਿ ਮੈਨੂੰ ਵੇਖ ਕੇ ਖੁਸ਼ ਹੋਇਆ? ਨਹੀਂ ਆਈ ਰਹੀ। ਅੱਛਾ, ਆਈ ਰਹਿਣਾ ਫਿਰ ਮੈਂ ਮਨ ਆ ਫੀਲਿੰਗ ਲਵਾਂ? ਨਹੀਂ, ਭਰਾਵਾ ਤੂੰ ਬਾਹਰ ਨਾ ਸਹਿ, ਤੇਰਾ ਰੋਣ ਨਿਕਲ ਜਾਣਾ ਜੀ। ਹਾਂਜੀ, ਮੈਂ ਇੱਕ ਗੱਲ ਤਾਂ ਬਹੁਤ ਵਧੀਆ ਵੀਰੇ, ਜਿਹੜਾ ਤੁਸੀਂ ਚਾਚੇ ਗੁਰਜੀਤ ਵਰਗਿਆਂ ਦਾ ਹੁਣ ਤੱਕ ਨਹੀਂ ਕਿਸੇ ਨੇ ਸਾਰ ਨਹੀਂ ਲਈ ਸੀ, ਹੁਣ ਤੁਸੀਂ ਆ ਕੇ ਜਿਹੜਾ ਇਹਨਾਂ ਦਾ ਹਾਲ ਚਾਲ ਪੁੱਛਿਆ, ਉਦੋਂ ਬਾਅਦ 'ਚ ਹੌਲੀ ਹੌਲੀ ਇਹਨਾਂ ਦੇ ਜਿਵੇਂ ਯੂਟਿਊਬ 'ਤੇ ਵੀਡੀਓਜ਼ ਆਉਣ ਲੱਗ ਪਏ, ਉਸ ਤੋਂ ਬਾਅਦ ਲੋਕਾਂ ਨੂੰ ਵੀ ਇੱਕ ਹੋ ਗਿਆ ਵੀ ਹਾਂ ਇਹ ਬੰਦਾ ਡਾਊਨ ਆ, ਇਸ ਟਾਈਮ ਇਹਨੂੰ ਮਦਦ ਕੀਤੀ। ਤੁਸੀਂ ਮਦਦ ਕੀਤੀ, ਬਹੁਤ ਵਧੀਆ ਗੱਲ ਆ ਭਰਾਵਾ, ਬਹੁਤ ਬਹੁਤ ਧੰਨਵਾਦ ਤੁਹਾਡਾ।
ਹਰ ਇੱਕ ਨੂੰ ਤਾਂ ਨਹੀਂ ਨਾ ਪਤਾ ਹੁੰਦਾ ਉਹ ਪਰੇ ਬੰਦੇ ਨੂੰ ਹੁਣ ਬਣ ਗਿਆ ਪੁਰਾਣਾ ਗਜੀਤ ਨਿੱਕਾ ਜਾਫੀ ਇਹਨੇ 6 ਮਹੀਨਿਆਂ ਬਾਅਦ ਇੱਕ ਜੱਫਾ ਲਾਉਂਦਾ ਸੀ ਤੇ ਲਾਉਂਦਾ ਤਗੜੇ ਬੰਦੇ ਨਾਲ ਸੀ ਕੀ ਕਰੀਏ ਬਸ ਹੁਣ ਇਹਦੇ 6 ਮਹੀਨਾ ਪਤਾ ਨਹੀਂ ਆਪਣਾ ਹੀ ਫੜ ਲਾਂਗੇ ਇੱਦਾਂ ਮੈਂ ਪੁੱਛਿਆ ਪਿੰਡ ਦੇ ਬੜੇ ਅੱਛੇ ਖੁਸ਼ ਹੈ ਜੀ ਸਾਡਾ ਪਿੰਡ ਹਾਂ ਬਹੁਤ ਮਤਲਬ ਪਸੰਦ ਹੈ ਕਹਿੰਦਾ ਵੀ ਇੱਕ ਬਾਬੇ ਨੇ ਕਿਹਾ ਕਹਿੰਦਾ ਵੀ ਪਹਿਲਾਂ ਗੁਰਜੀਤ ਨਹੀਂ ਆਇਆ ਗੁਰਜੀਤ ਦੇ ਨਾਲ ਘਰ ਵੀ ਨਹੀਂ ਪਿਆ ਗਿਆ ਸਾਡਾ ਪਿੰਡ ਦਾ ਨਾਮ ਵੀ ਗਿਆ ਇਹ ਵੱਡੀ ਸਟੇਟਮੈਂਟ ਸੀ ਜਿਹੜੀ ਮੈਨੂੰ ਲੱਗੀ ਰਾਤ ਮੈਂ ਹਰਫ ਕੋਲੇ ਸੀਗਾ ਚੀਮੇ ਕੋਲੇ ਉਹਨੇ ਵੀ ਤੈਨੂੰ ਵੇਖਿਆ ਉੱਥੇ ਇੱਧਰ ਕਹਿੰਦਾ ਵੀ ਜਦੋਂ ਅਸੀਂ ਪਹਿਲਾਂ ਸੁਣਿਆ ਸੀ ਵੀ ਨਾਂ ਉਹਦਾ ਅਤੇ ਬਈ ਮਤਲਬ ਵੀ ਕਹਿੰਦਾ ਵੇਖਿਆ ਇਹਨੂੰ ਲੀੜੇ ਲਾਏ ਬਾਈ ਨੇ ਕਹਿੰਦਾ ਸੀ ਉਹ ਬੰਦੇ ਜਿਹੜੇ ਬਿੱਟੂ ਦਗਾਲ ਨੂੰ ਅਤੇ ਆਪਣੇ ਗੁਰਜੀਤ ਤੂਤ ਨੂੰ ਵੇਖਣ ਵਾਸਤੇ ਪਿਸ਼ਾਬ ਵੀ ਨਹੀਂ ਸੀ ਕਰਨ ਜਾਂਦੇ ਹੁੰਦੇ ਰਾਤ ਉਹਨੇ ਬਹੁਤ ਵਿਚਾਰੇ ਨੇ ਤਰਾ ਕੀਤਾ ਮੇਰੇ ਕੋਲ ਬੈਠਾ ਰਿਹਾ ਤੁਹਾਡਾ ਲੋਕਾਂ ਮੈਂ ਤਾਂ ਆਪ ਕੋਈ ਵੀ ਰਿਫੂ ਨਹੀਂ ਪਤਾ ਹੀ ਨਹੀਂ ਲੱਗਦਾ ਵੀ ਲੋਕ ਯਾਰ ਇੰਨੀਆਂ ਪੁਰਾਣੀਆਂ ਗੱਲਾਂ ਦੱਸਦੇ ਕਮਲੇ ਯਾਰ ਮੈਨੂੰ ਨਹੀਂ ਚੇਤੇ 10-10 ਸਾਲ 8-8 ਸਾਲ ਪੁਰਾਣੀਆਂ ਬਾਈ ਇੱਥੇ ਤੂੰ ਖੇਡਣ ਆਇਆ ਸੀਗਾ ਤੂੰ ਆਹ ਗੱਡੀ 'ਤੇ ਸੀ ਤੇਰੇ ਆਹ ਕੱਛਾ ਪਾਇਆ ਸੀ ਇੱਕ ਬੰਦੇ ਨੇ ਹੋਰ ਗੱਲ ਦੱਸੀ ਸੱਚ ਕਹਿੰਦਾ ਬਾਈ ਲੋਕਾਂ ਤੋਂ ਵੱਖਰੀ ਚੀਜ਼ ਤੇਰੇ 'ਚ ਇੱਕ ਹੋਰ ਸੀਗੀ ਮੈਂ ਕਿਹਾ ਦੱਸੋ ਬਾਈ ਜੀ ਕਿਹੜੀ ਕਹਿੰਦਾ ਵੱਖਰੀ ਚੀਜ਼ ਸੀਗੀ ਲੋਕਾਂ ਦੇ ਕਾਲੇ ਰੰਗ ਦੀਆਂ ਧਾਗਾ ਪਾ ਕੇ ਸੂਤੀ ਪਾਈ ਅਤੇ ਤੇਰੇ ਲਾਲ ਦੀ ਪਾਈ ਸੀ ਹਾਂ ਕਹਿੰਦਾ ਵੀ ਤੇਰੇ ਸਭ ਤੋਂ ਵੱਖਰੀ ਚੀਜ਼ ਉਹ ਸੀਗੀ ਲਾਲ ਰੰਗ ਦੀ ਤੀਰਤੀ ਹੁੰਦੀ ਤੇਰੇ ਮੈਂ ਕਿਹਾ ਹਾਂ ਬਾਈ ਉਹ ਤੋਂ ਬਾਅਦ ਆਪਣਾ ਜੀ ਇੱਥੇ ਵੇਖਿਆ ਤੇ ਮੈਂ ਸਾਰਾ ਪਤਾ ਮੈਂ ਕਿਹਾ ਨਾਂ ਦੇ ਵਿੱਚ ਵੀ ਸਿਮੀਲਰਿਟੀ ਨੇ ਹਰਜੀਤ ਗੁਰਜੀਤ ਉਹ ਵੀ ਇੱਕ ਸੀਗਾ ਜਿਹਦੇ ਨਾਲ
एक होर भी हूँ कई बार चाहिए ना जो एरिया भला दूर जिन्नी मर्जी लुधियाना गुरदासपुर वाली साइड तक भी जो कहें थोड़ा पेंड कह रहे तूत कहे गुरजीदा का तूत इस करके नाम जरा इलाके का इलाके का पेंड ना बड़ा ज्यादा बाकी यार हाईलाइट पहला जिम्मे हो बहुत चीज हो गई है दूरी है ना बंदा जो उ पता नहीं यार किन्ने नुकसान मिलनी है मैंने बहुत फोन आते हैं भाई यार तू ना इस काम से अड़िया रही भैं असी भी ता ही अड़े हैं भाई बन के जो तू डोल गया अं डोल दें डेली से पाँच दस फोन है मैंने बहुत वाला मोटिवेशन क्योंकि पहली जी स्ट्रगल सी ना भाई वो सी अपना एक प्लेयर बन दी हूँ जी स्ट्रगल हैगी कि तुम आपका बनाया ढाता फिर दोबारा बनाना तो जे तुम दोबारा जंग है एक तरह की जे असं जित जाने तो उदू तो सिर्फ असं अपने वजह खेडते सके तो हूँ बड़े लोगों ने मतलब प्रभावित होकर नशे छड़ने जिमें मिंटू गुरु गया सरिया सी बाई सगा जहाँ एक मेरा दोस्त मंगा अंटालो तो डाकू ने मुंडा टूब बन रही है तो वो अच्छे से वह टीचर सके तो पर एक नायक रहा जिमें बिट्टू तो गाल से ना हर गे एक गेम का होंगे बंदा ना कुत्ता वेख भरावा खुला के बदा गांह आगे पता लग जूगा नहीं लत फड़ी तेरी लत नहीं फड़ी जब कुत्ता खुला नहीं बनना तेरा डैडी किथे है भाई ये पाले दा मुंडा ऐस घरे रौनक साडियां भी सीगियां इत्थे बैठ कोली पहले ਪਾਲਾ ਜੀ ਕੀ ਹਾਲ ਚਾਲ ਜੀ ਆਨੰਦ ਜੀ ਹੋਰ ਵਧੀਆ ਬਣੀ ਮੈਂ ਤਾਂ ਮੈਡੀਕਲ ਖੋਲੀ ਬੈਠੀ ਹਾਂ ਹਾਰਾ ਜੀ ਇੱਕ ਮਿੰਟ ਮੈਂ ਲਾਉਣੀ ਹੈ ਇੱਕ ਮਿੰਟ ਦੋ ਮਿੰਟ ਕਰਕੇ ਹੋਰ ਕੀ ਬਣੀ ਜਾਂਦਾ ਬਹੁਤ ਸਪੌਂਸਰ ਹੋਣ ਵਾਲੀ ਹੈ ਭਰਾ दवाई लैन भी जाके मुंडाई गड्डी जो बनी है कटनी पैनी फर्क पै रहा तेन दवाई चढ़त बड़ी सी बंदे ने भाई बहुत बंदे पा ले बड़े भाई बाहर बखेरे भेजे मैं तेन कह दिए जेडे बंदे हाथ पाया यार सही जी गल जंडा वाला वेख ला बाजे जीते अपने क्या गिंदी नूं कड्डा गुलामी वाला रूपा होर बथेरे खिडारी है जिहड़े आपां जाणदे नहीं जिन्हां नूं सिंधू हो गया साहब वाले किन्ने भी खिडारी यार बाहर कड्डे बंदा जिहड़ा एक करी कह दिंदा यार भी आह बंदा बाहर आना चाहिए तो जांदा सी इहदे बचना दे बाहर यह नहीं गल उह कहिंदे यार तू खिडारी सिलैक्ट कर ला बंदे दी कदर ना पाउणी ना पाउणी अलग चीज़ हुंदी है यार मगरों भावें बंदा चल गलत हो गया यार आपां नहीं कहिंदे गलत नहीं है समां होया सी क्योंकि गाइड करन वाले कुछ लोग वो जे गलत मिल गए कुछ आपकी बुद्धि ने तैनूं पता जदों प्रेस्ट होना हो कि नहीं वो जे कम्मां च गलत पासे तुर पिया पर यार दोस्त तां इही हुंदे ना भी जे चंगे वक्त च नाल खड़े तां बुरे वक्त च कौन साथ देऊगा भी बस लोगों की सोच ना ਜਾਓ ਮੰਮੀ ਰੋਟੀ ਓਏ